साबका केंद्रीय मंत्री ते सांसद हरसिमरत कौर बादल अपनी अमृतसर फेरी दौरान सचखंड श्री हरिमंदर साहिब विखे नतमस्तक हुए अते गुरु साहिब दा आशीर्वाद प्राप्त कीता अते सब दे भले दी अरदास बेनती कीती गई। उन्हां वल्लों पत्रकार वार्ता दौरान अपने विचार सांझे कीते गए। रामदास पाशाह दी शुकराना करदी आं कि उन्होंने नतमस्तक होण दा मौका बख्शिया। रोम रोम तों उन्हां दा शुकराना। ਦੇਖੇ ਸਭੇ ਥਾਂ ਨਹੀਂ ਤੁਝਦੇ ਆ ਹਮੇਸ਼ਾ ਇਸ ਦਰ 'ਚ ਆ ਕੇ ਭੁੱਲਾ ਬਖਸ਼ਾ ਕੇ ਅਰਦਾਸਾਂ ਬੇਨਤੀਆਂ ਕਰਦੇ ਚੋਲੀਆਂ ਖੁਸ਼ੀਆਂ ਨਾਲ ਭਰ ਕੇ ਸਾਰੀ ਦੁਨੀਆਂ ਦੀ ਸੰਗਤ ਜਾਂਦੀ ਅਤੇ ਉਸ ਸੰਗਤ ਤੱਕ ਸੌਂਗ 2013 ਵਿੱਚ ਵੀ ਕੇਜਰੀਵਾਲ ਨੇ ਕਾਂਗਰਸ ਦੇ ਨਾਲ ਰਲ ਕੇ ਹੀ ਸਰਕਾਰ ਦਿੱਲੀ ਵਿੱਚ ਬਣਾਈ ਸੀ ਅਤੇ 13 ਤੋਂ ਲੈ ਕੇ 23 ਤੱਕ ਇਕੱਠੇ ਹੀ ਰਹੇ ਨੇ। ਇਹ ਨੂਰਾ ਕੁਸ਼ਤੀ ਕਰਦੇ ਰਹੇ ਨੇ, ਹੁਣ ਸ਼ਰੇਆਮ ਇਕੱਠੇ ਹੋ ਗਏ ਨੇ। ਸੋ ਇਹਦੇ ਵਿੱਚ ਕੋਈ ਹੈਰਾਨੀ ਦੀ ਗੱਲ ਸਾਡੇ ਵਾਸਤੇ ਤਾਂ ਹੈ ਨਹੀਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਪੰਜਾਬ ਦਾ ਭਲਾ ਕਿਸੇ ਪਾਰਟੀ ਨੇ ਕੀਤਾ ਹੈ, ਜੇ ਤਰੱਕੀ ਕੀਤੀ ਹੈ, ਵਿਕਾਸ ਕੀਤਾ ਹੈਗਾ, ਲੋਕਾਂ ਨੂੰ ਸਹੂਲਤਾਂ ਦਿੱਤੀਆਂ, ਪਿੰਡਾਂ ਸ਼ਹਿਰਾਂ 'ਚ ਗ੍ਰਾਂਟਾਂ ਭੇਜ ਕੇ ਲੋਕਾਂ ਦੀ ਤਕਲੀਫਾਂ ਨੂੰ ਦੂਰ ਕੀਤਾ ਹੈ, ਉਹ ਇਕੱਲੇ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ, ਜਿਨ੍ਹਾਂ ਨੇ ਡਟ ਕੇ ਇਸ ਸੂਬੇ ਦੇ ਹੱਕਾਂ ਦੀ ਰਾਖੀ ਵੀ ਕੀਤੀ ਅਤੇ 18 ਸਾਲ ਬਾਦਲ ਸਾਹਿਬ ਨੇ ਕੈਦਾਂ ਵੀ ਕੱਟੀਆਂ ਸੂਬੇ ਦੇ ਹੱਕਾਂ ਦੀ ਰਾਖੀ ਵਾਸਤੇ। ਕਾਂਗਰਸ ਦੀ ਤਰ੍ਹਾਂ ਨਹੀਂ, ਜਿਨ੍ਹਾਂ ਨੇ ਅੱਜ ਜਿਹੜੇ ਨਤਮਸਤਕ ਹੋਣ ਵਾਸਤੇ ਆ ਰਹੇ ਨੇ ਜੀ ਆਇਆਂ ਨੂੰ ਉਹਨਾਂ ਨੂੰ, ਲੇਕਿਨ